ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਅਤੇ ਸਵਾਗਤ ਕਰ ਰਿਹਾ ਤੁਹਾਡਾ ਨਵੀਂ ਵੀਡੀਓ ਵਿੱਚ। ਜਿੱਦਾਂ ਕਿ ਤੁਸੀਂ ਦੇਖਿਆ, ਆਹ ਵੀਡੀਓ ਹੈਗੀ ਆ ਫੋਰੈਕਸ ਟ੍ਰੇਡਿੰਗ ਉੱਤੇ। ਹੁਣ ਕਾਫੀ ਜਾਣੇ ਕਹਿੰਦੇ ਸੀ ਕਿ ਡਰੋਪ ਸ਼ਿਪਿੰਗ 'ਤੇ ਵੀ ਹੋਰ ਮੈਂ ਵੀਡੀਓ ਲਿਆਵਾਂ, ਸੋ ਉਹ ਵੀ ਆਪਣਾ ਸੀਰੀਜ਼ ਕੰਟੀਨਿਊ ਰਹਿਣਾ ਅਤੇ ਟ੍ਰੇਡਿੰਗ ਵਾਲੀ ਵੀਡੀਓ ਵੀ ਆਈ ਜਾਣੀਆਂ ਨੇ। ਹੁਣ ਆਹ ਵੀਡੀਓ ਤੋਂ ਬਾਅਦ ਜਿਹੜੀ ਨੈਕਸਟ ਹੋਊਗੀ ਉਹ ਡਰੋਪ ਸ਼ਿਪਿੰਗ 'ਤੇ ਹੋਊਗੀ। ਅੱਜ ਆਪਾਂ ਫੋਰੈਕਸ ਟ੍ਰੇਡਿੰਗ ਬਾਰੇ ਗੱਲ ਕਰਾਂਗੇ। ਫੋਰੈਕਸ ਟ੍ਰੇਡਿੰਗ ਆਮ ਨੋਰਮਲ ਟ੍ਰੇਡਿੰਗ ਨਾਲੋਂ ਡਿਫਰੈਂਟ ਆ, ਰਾਈਟ? ਕਿਉਂਕਿ ਇੱਕ ਤਾਂ ਮਾਰਕੀਟ ਵੀ ਖੁੱਲੀ ਰਹਿੰਦੀ ਆ। ਹਾਂਜੀ, 24 ਘੰਟੇ ਖੁੱਲੀ ਰਹਿੰਦੀ ਆ। ਲੋਕ ਕਹਿ ਦਿੰਦੇ ਆ ਵੀ ਅਸੀਂ ਜੋਬ ਕਰਦੇ, ਸਾਡੇ ਕੋਲ ਟ੍ਰੇਡਿੰਗ ਲਈ ਟਾਈਮ ਨਹੀਂ ਬਚਦਾ। ਜਿਵੇਂ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਹਾਂ, ਉਹ ਮੰਡੇ ਤੋਂ ਫਰਾਈਡੇ ਓਪਨ ਹੁੰਦੀ ਆ, ਬਟ ਜੋਬ ਵਾਲੇ ਬੰਦੇ ਲਈ ਔਖਾ ਹੋ ਜਾਂਦਾ ਉਹ ਟਾਈਮ ਦੇ ਵਿੱਚ ਟ੍ਰੇਡਿੰਗ ਕਰਨ, ਕਿਉਂਕਿ ਅਗਲੇ ਨੇ ਕੰਮ 'ਤੇ ਜਾਣਾ ਹੁੰਦਾ, ਜਾਂ ਉਹਨੂੰ ਘਰੇ ਆਉਂਦਾ, ਜਾਂ ਤਾਂ ਮਾਰਕੀਟ ਬੰਦ ਹੋ ਜਾਂਦੀ ਆ। ਸੋ ਆ ਅੱਗੇ ਜਾ ਕੇ ਆਪਾਂ ਵੀਡੀਓ ਵਿੱਚ ਐਕਸਪਲੇਨ ਕਰਾਂਗੇ ਕਿ ਫੋਰੈਕਸ ਟ੍ਰੇਡਿੰਗ ਦੇ ਚਾਰਟ ਕਿਵੇਂ ਰੀਡ ਕਰਨੇ ਨੇ। ਸੋ ਇਹ ਬਿਲਕੁਲ ਬਿਗਿਨਰਸ ਲਈ ਵੀਡੀਓ ਆ, ਜਿਨ੍ਹਾਂ ਨੂੰ ਹਜੇ ਟ੍ਰੇਡਿੰਗ ਬਾਰੇ ਕੋਈ ਨੌਲੇਜ ਨਹੀਂ ਹੈਗੀ, ਤੁਹਾਨੂੰ ਕੁਛ ਪਤਾ ਨਹੀਂ, ਪਰ ਤੁਸੀਂ ਸਟਾਰਟ ਕਰਨਾ ਚਾਹੁੰਦੇ ਹੋ, ਸੋ ਤੁਹਾਡੇ ਲਈ ਇਹ ਵਧੀਆ ਵੀਡੀਓ ਆ। ਐਂਡ ਤੱਕ ਦੇਖਿਓ, ਸੋ ਤੁਹਾਨੂੰ ਵਧੀਆ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ। ਪਹਿਲਾਂ ਕਿ ਆਪਾਂ ਚਾਰਟਸ 'ਤੇ ਜਾਈਏ, ਮੈਂ ਤੁਹਾਨੂੰ ਥੋੜ੍ਹੀ ਜਿਹੀ ਇੰਟਰੋ ਦੇਣੀ ਚਾਹੁੰਦਾ ਫੋਰੈਕਸ ਟ੍ਰੇਡਿੰਗ ਬਾਰੇ, ਵੀ ਫੋਰੈਕਸ ਟ੍ਰੇਡਿੰਗ ਹੁੰਦੀ ਕੀ ਆ। ਜਿਵੇਂ ਸਟਾਕ ਮਾਰਕੀਟ ਦੇ ਵਿੱਚ ਹਰੇਕ ਕੰਪਨੀ ਦਾ ਨਾ ਅਲੱਗ ਅਲੱਗ ਸਟਾਕ ਹੁੰਦਾ, ਜਿਵੇਂ ਨੈਟਫਲਿਕਸ ਦਾ ਹੋ ਗਿਆ, ਐਪਲ ਦਾ ਹੋ ਗਿਆ, ਟੈਸਲਾ ਦਾ ਹੋ ਗਿਆ। ਜਿਹੜੀ ਫੋਰੈਕਸ ਟ੍ਰੇਡਿੰਗ ਆ, ਇਹਦੇ ਵਿੱਚ ਕੀ ਆ, ਇਹ ਦੋ ਕਰੰਸੀਜ਼ ਦਾ ਇੱਕ ਪੇਅਰ ਹੁੰਦਾ, ਕਰੰਸੀਆਂ ਦੀ ਟ੍ਰੇਡਿੰਗ ਕਰ ਰਹੇ ਹਾਂ ਆਪਾਂ ਇੱਕ ਤਰ੍ਹਾਂ ਦਾ। ਜਿਵੇਂ ਉਹ 'ਚ ਆਪਾਂ ਸਟਾਕਸ ਦੀ ਟ੍ਰੇਡਿੰਗ ਕਰ ਰਹੇ ਹਾਂ, ਕ੍ਰਿਪਟੋ ਕਰੰਸੀ ਦੇ ਵਿੱਚ ਆਪਾਂ ਕੋਇਨਸ ਦੀ ਟ੍ਰੇਡਿੰਗ ਕਰ ਰਹੇ ਹਾਂ, ਪਰ ਇਹਦੇ 'ਚ ਕੀ ਆ, ਕਰੰਸੀ ਦੇ ਵਿੱਚ ਆਪਾਂ ਕਰੰਸੀਆਂ ਦੀ ਹੀ ਟ੍ਰੇਡਿੰਗ ਕਰਨੀ ਆ। ਹਰੇਕ ਜਿਵੇਂ US ਯੂਰੋ ਦਾ ਹੋ ਗਿਆ, ਮਤਲਬ ਦੋ ਪੇਅਰ ਨਾਲ ਇੱਕ ਕਰੰਸੀ ਨੂੰ ਆਪਾਂ ਟ੍ਰੇਡ ਕਰ ਸਕਦੇ। ਤੇ ਹੁਣ ਚਲੋ ਥੋੜਾ ਬਹੁਤ ਚਾਰਟਸ ਬਾਰੇ ਐਕਸਪਲੇਨ ਕਰੋ ਵੀ ਜਦੋਂ ਆਪਾਂ ਕੋਈ ਚਾਰਟ ਦੇਖਦੇ ਹਾਂ, ਹਾਂਜੀ, ਉਹਨੂੰ ਦੇਖ ਕੇ ਕਿਵੇਂ ਰੀਡ ਕਰਨਾ, ਹਨਾ? ਹਾਂਜੀ, ਕਿਵੇਂ ਪਤਾ ਲੱਗੇ ਵੀ ਹਾਂ ਇੱਥੇ ਮੈਂ ਵੇਚਣਾ ਤੇ ਇੱਥੇ ਮੈਂ ਬਾਏ ਕਰਨਾ? ਸਭ ਤੋਂ ਪਹਿਲਾਂ ਤੁਸੀਂ ਕੀ ਜਾਣਾ ਨਾ, ਗੂਗਲ ਤੇ ਜਾ ਕੇ ਸਰਚ ਕਰ ਲੈਣਾ ਟ੍ਰੇਡਿੰਗ ਵਿਊ। ਮਤਲਬ ਜਿਹੜੀ ਮੈਂ ਤੁਹਾਨੂੰ ਇਹ ਸਟਾਰਟ ਕਰ ਰਿਹਾ ਨਾ, ਇੰਟਰੋ ਦੇ ਰਿਹਾ, ਇਹ ਸਾਰੀ ਮਤਲਬ ਜਿਹੜੇ ਚਾਰਟਸ ਬਾਰੇ, ABC ਜਿਵੇਂ ਆਪਾਂ ਕਹਿ ਦਈਏ ਨਾ ਕੋਈ ਵੀ ਕੰਮ ਦੀ, ਇਹ ABC ਇੱਕ ਤਰ੍ਹਾਂ ਨਾਲ ਚਾਰਟਸ ਦੀ, ਸਟਾਕ ਮਾਰਕੀਟ ਦੀ, ਫੋਰੈਕਸ ਟ੍ਰੇਡਿੰਗ ਦੀ। ਸੋ ਜਿਨ੍ਹਾਂ ਨੂੰ ਨਹੀਂ ਹਜੇ ਕਲੀਅਰ ਹੋਇਆ ਹੋ, ਤੁਸੀਂ ਸਿੱਧਾ tradingview.com ਗੂਗਲ ਤੇ ਸਰਚ ਕਰ ਲਿਓ, ਹਾਂਜੀ, ਤੁਹਾਨੂੰ ਸਿੱਧਾ ਵੈਬਸਾਈਟ ਆ ਜੂ ਜਿੱਥੇ ਤੁਸੀਂ ਕੋਈ ਵੀ ਸਟਾਕ ਦੇ ਚਾਰਟਸ ਦੇਖ ਸਕਦੇ ਹੋ। ਹਾਂਜੀ, ਉਸ ਤੋਂ ਬਾਅਦ ਤੁਸੀਂ ਕੀ ਕਰਨਾ, ਆਹ ਰਾਈਟ ਸਾਈਡ ਤੇ ਆਉਣਾ, ਇੱਥੇ ਆ ਸਾਰੀ ਲਿਸਟ ਪਈ ਹੁੰਦੀ ਆ। ਆਹ ਹੁਣ ਆਹ ਇੰਡੈਕਸ ਨੇ, ਇੰਡੈਕਸ ਦਾ ਮਤਲਬ ਆਹ ਹੁਣ ਮੈਂ SPX ਤੇ ਕਲਿੱਕ ਕੀਤਾ, ਆਹ SP 500 ਆ ਗਿਆ, ਮਤਲਬ ਇਹਦੇ 'ਚ US ਦੀਆਂ 500 ਟੌਪ ਪਰਫੋਰਮਿੰਗ ਕੰਪਨੀਜ਼ ਨੇ। ਅਤੇ ਹੁਣ ਮੈਂ ਤੁਹਾਨੂੰ ਅੱਗੇ ਦਿਖਾ ਦਿੰਦਾ, ਆਹ ਹੁਣ ਸਟੋਕਸ ਆ ਗਏ, ਆਹ ਐਪਲ ਦਾ ਸਟੋਕ ਆ ਗਿਆ। ਜਿਵੇਂ ਹਰੇਕ ਬੰਦੇ ਦੀ ਹਾਰਟ ਬੀਟ ਚੱਲਦੀ ਹੁੰਦੀ ਹੈ ਨਾ, ਉਵੇਂ ਸਟੋਕਸ ਦੇ ਚਾਰਟ ਚੱਲਦੇ ਹੁੰਦੇ ਆ। ਹੁਣ ਉਸ ਤੋਂ ਬਾਅਦ ਆ ਫਿਊਚਰਸ ਵਾਲੇ ਆ ਗਏ, ਗੋਲਡ ਆ ਗਏ, ਕਮੋਡਿਟੀਜ਼ ਆ ਗਈਆਂ, ਗੋਲਡ ਆ ਗਿਆ, ਸਿਲਵਰ ਆ ਗਿਆ, ਸਭ ਦੇ ਚਾਰਟਸ ਚੱਲਦੇ ਹੁੰਦੇ ਆ। ਹੁਣ ਆਹ ਆ ਗਈ ਫੋਰੈਕਸ, ਫੋਰੈਕਸ ਦੇ ਵਿੱਚ ਹੁਣ ਮੈਂ US/USD ਤੇ ਜਾਂਦਾ। ਆਹ ਦੇਖੋ ਹੁਣ ਆਹ US/USD ਹੈ, ਮੇਰੇ ਕਰਸਰ 'ਤੇ ਧਿਆਨ ਰੱਖਿਓ। ਹੁਣ ਇਹਦੇ 'ਚ ਕੀ ਆ, ਹੁਣ ਇੱਦਾਂ ਹੀ ਇਹਦਾ ਚਾਰਟ ਚੱਲ ਰਿਹਾ ਹੁੰਦਾ, ਪਰ ਇਹਦੇ 'ਚ ਕੀ ਆ ਵੀ ਇਹਦੇ 'ਚ ਟ੍ਰੇਡਿੰਗ ਕਰਨੀ ਕਿਵੇਂ ਹੁੰਦੀ ਆ। ਆਪਾਂ ਇਹਦੇ ਅਲੱਗ ਅਲੱਗ ਪਲੈਟਫਾਰਮ ਵੀ ਨੇ, ਅਤੇ ਜਿਵੇਂ ਆਪਾਂ ਸਟਾਕ ਮਾਰਕੀਟ ਲਈ ਅਲੱਗ ਅਲੱਗ ਬ੍ਰੋਕਰਸ ਨੇ, ਉਵੇਂ ਫੋਰੈਕਸ ਟ੍ਰੇਡਿੰਗ ਲਈ ਵੀ ਹੁੰਦੇ ਆ। ਹੁਣ ਤੁਸੀਂ ਇੱਕ ਚੀਜ਼ ਹੋਰ ਦੇਖੋ, ਹੁਣ ਇੱਥੇ ਸਟਾਕਸ ਦੇ ਉੱਪਰ ਤਾਂ ਸੀਗਾ, ਜਿਵੇਂ ਹੁਣ ਆਹ ਇਕੱਲਾ ਸੀਗਾ, ਟੈਸਲਾ ਅਲੱਗ ਆ, ਨੈਟਫਲਿਕਸ ਅਲੱਗ ਆ, ਪਰ ਇਹਦੇ 'ਚ ਆ ਦੋ ਚੀਜ਼ਾਂ ਲਿਖੀਆਂ ਹੋਈਆਂ ਨੇ, ਯੂਰੋ ਲਿਖਿਆ ਹੋਇਆ, USD ਲਿਖਿਆ ਹੋਇਆ, ਦੋਨੇ ਕਰੰਸੀਜ਼ ਨੇ, ਮਤਲਬ ਦੋਨੇ ਕਰੰਸੀਜ਼ ਨੇ, ਠੀਕ ਹੈ ਜੀ। ਅਤੇ ਨਾਲ ਦੀ ਨਾਲ ਆ ਨਿਊਜ਼ ਵੀ ਆ ਰਹੀ ਆ, ਹਰ ਟਾਈਮ ਅਪਡੇਟ ਹੋ ਰਹੀ ਆ ਇਹ ਵੈਬਸਾਈਟ ਦੇ ਉੱਪਰ। ਦੇਖੋ 24 ਮਿੰਟ ਪਹਿਲਾਂ ਕੀ ਨਿਊਜ਼ ਆਈ, ਕੋਈ ਵੀ ਵਰਲਡ ਰਿਲੇਟਡ ਪੋਜ਼ਿਟਿਵ ਨੈਗੇਟਿਵ ਨਿਊਜ਼ ਹਰੇਕ ਇੱਥੇ ਨਾਲ ਦੀ ਨਾਲ ਅਪਡੇਟ ਹੁੰਦੀ ਆ। ਮਾਰਕੀਟ ਓਪਨ ਲਿਖਿਆ, ਮਤਲਬ ਚੱਲ ਰਹੀ ਹੈ, 24 ਘੰਟੇ ਚੱਲਦੀ ਹੁੰਦੀ ਹੈ ਫੋਰੈਕਸ ਟ੍ਰੇਡਿੰਗ ਆ ਜਿਹੜੀ। ਹੁਣ ਜਿਹੜੀਆਂ ਆਹ ਚੀਜ਼ਾਂ ਹੁੰਦੀਆਂ ਨੇ, ਵਰਲਡ ਦੀ ਜਿਹੜੀ ਮਰਜ਼ੀ ਮਾਰਕੀਟ ਹੋਵੇ, ਚਾਹੇ ਸਟਾਕ ਮਾਰਕੀਟ ਆ, ਚਾਹੇ ਕ੍ਰਿਪਟੋ ਮਾਰਕੀਟ ਆ, ਚਾਹੇ ਫੋਰੈਕਸ ਆ, ਉਹ 'ਚ ਆਹ ਚੀਜ਼ਾਂ ਦੋ ਕਲਰ ਦੀਆਂ ਹੁੰਦੀਆਂ ਨੇ, ਇਹਨਾਂ ਨੂੰ ਕੈਂਡਲਸ ਕਹਿੰਦੇ ਹੁੰਦੇ ਆ, ਇੱਕ ਰੈੱਡ ਕਲਰ ਦੀ, ਇੱਕ ਗ੍ਰੀਨ ਕਲਰ ਦੀ। ਰੈੱਡ ਕਲਰ ਦੀ ਆਪਾਂ ਨੂੰ ਸੈਲਿੰਗ ਸ਼ੋਅ ਕਰਦੀ ਆ, ਦੈਟ ਮੀਨਸ ਕੋਈ ਵੀ ਸਟਾਕ ਆ ਜਾਂ ਕੋਈ ਵੀ ਕਰੰਸੀ ਆ, ਉਹਦੀ ਸੈਲਿੰਗ ਹੋਈ ਆ, ਇੱਥੇ ਉਹਨੂੰ ਵੇਚਿਆ ਗਿਆ ਆਹ ਪ੍ਰਾਈਜ਼ ਦੇ ਉੱਪਰ।
ਜਿਹੜੀ ਗ੍ਰੀਨ ਕਲਰ ਦੀ ਆ ਇਹ ਬਾਇੰਗ ਸ਼ੋਅ ਕਰਦੀ ਆ ਵੀ ਇੱਥੇ ਲੋਕਾਂ ਨੇ ਆਹ ਪ੍ਰਾਈਸ ਦੇ ਉੱਪਰ ਇਹ ਚੀਜ਼ ਦੀ ਬਾਇੰਗ ਕੀਤੀ ਆ। ਇਹ ਸਿਰਫ ਦੋ ਕਲਰ ਦੀਆਂ ਹੁੰਦੀਆਂ ਨੇ, ਇਹਨਾਂ ਨੂੰ ਕੈਂਡਲਸ ਕਹਿੰਦੇ ਹੁੰਦੇ ਆ। ਇੱਥੇ ਅਲੱਗ ਅਲੱਗ ਇਹਦੇ ਟਾਈਮ ਫਰੇਮਸ ਹੁੰਦੇ ਆ, 5 ਮਿੰਟ ਆ, 5 ਮਿੰਟ ਦਾ ਮਤਲਬ ਆ ਵੀ ਆਹ ਜਿਹੜੀ ਕੈਂਡਲ ਚੱਲ ਰਹੀ ਆ ਇਹਦੀ 5 ਮਿੰਟ ਦੀ ਲਾਈਫ ਆ, 5 ਮਿੰਟ ਬਾਅਦ ਇਹ ਨਵੀਂ ਬਣੂਗੀ। ਉਵੇਂ ਸਾਰੇ ਟਾਈਮ ਫਰੇਮ ਹੁੰਦੇ ਨੇ, ਆਹ ਘੰਟਿਆਂ ਵਾਲੇ ਆ ਗਏ, ਆਹ ਦਿਨ ਆ ਗਿਆ, 1 ਵੀਕ ਆ ਗਿਆ, 1 ਮੰਥ ਆ ਗਿਆ, 3 ਮੰਥ ਆ ਗਿਆ, ਮਤਲਬ ਇਹ ਆਪਾਂ ਨੂੰ ਟ੍ਰੈਂਡ ਸ਼ੋਅ ਕਰ ਦਿੰਦੇ ਆ। ਆਪਾਂ ਇੱਦਾਂ ਇਹਨੂੰ ਜ਼ੂਮ ਆਊਟ ਕਰ ਸਕਦੇ ਹਾਂ, ਉਸ ਤੋਂ ਬਾਅਦ ਆਪਾਂ ਨੂੰ ਨਾ ਟ੍ਰੈਂਡ ਕਲੀਅਰ ਹੋ ਜਾਂਦਾ ਵੀ ਕੋਈ ਵੀ ਸਟੋਕ ਆ ਜਾਂ ਕੋਈ ਵੀ ਕਰੰਸੀ ਉਹ ਜਾ ਕਿੱਧਰ ਨੂੰ ਰਹੀ ਆ। ਆਹ ਦੇਖੋ ਹੁਣ ਇੱਥੇ ਪਹਿਲਾਂ ਡਾਊਨ ਆਈ, ਫਿਰ ਅੱਪ ਚਲੀ ਗਈ, ਫਿਰ ਥੋੜ੍ਹਾ ਜਿਹਾ ਡਾਊਨ ਕਰਦੇ ਕਰਦੇ ਹੁਣ ਫਿਰ ਥੋੜ੍ਹਾ ਜਿਹਾ ਡਾਊਨ ਆ ਰਹੀ ਆ। ਇੱਦਾਂ ਆਪਾਂ ਨੂੰ ਟ੍ਰੈਂਡ ਕਲੀਅਰ ਹੋ ਜਾਂਦੇ ਆ। ਇਹ ਆਪਾਂ 3 ਮੰਥਸ ਵਾਲੀ ਲਾਈ ਆ, ਬਟ ਜੇ ਤੁਸੀਂ ਟ੍ਰੇਡਿੰਗ ਕਰਨੀ ਆ ਫਿਰ ਤੁਹਾਨੂੰ 5 ਮਿੰਟ ਵਾਲੀ ਦੇਖਣੀ ਚਾਹੀਦੀ ਆ, 5 ਮਿੰਟ ਵਾਲਾ ਟਾਈਮ ਫਰੇਮ। ਓਕੇ, ਸੋ ਇਹ ਹੈਗੀ ਆ 5 ਮਿੰਟ ਵਾਲੀ, ਇਹ 5 ਮਿੰਟ ਵਾਲੀ ਆ। ਹਾਂਜੀ, ਜੇ ਤੁਸੀਂ ਇਹ 'ਚ ਪ੍ਰੈਕਟਿਸ ਕਰਨੀ ਚਾਹੁੰਦੇ ਹੋ ਤੁਸੀਂ ਪ੍ਰੈਕਟਿਸ ਵੀ ਕਰ ਸਕਦੇ ਹੋ। ਜਿਵੇਂ ਤੁਸੀਂ ਪਹਿਲਾਂ ਹੀ ਸਿੱਧਾ ਰੀਅਲ ਮਨੀ ਨਾਲ ਨਹੀਂ ਟ੍ਰੇਡ ਕਰਨਾ, ਇਹਦੇ 'ਚ ਕੀ ਆ, ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦਾ, ਜਿਵੇਂ ਸਟਾਕ ਮਾਰਕੀਟ ਦੇ ਵਿੱਚ ਕੋਈ ਵੀ ਸਟਾਕ ਆ ਉਹਨੂੰ ਮੈਨੀਪੁਲੇਟ ਕੀਤਾ ਜਾ ਸਕਦਾ ਵੱਡੇ ਪਲੇਅਰਾਂ ਨਾਲ। ਜਿਹੜੇ ਵੱਡੇ ਪਲੇਅਰ ਹੁੰਦੇ ਨੇ ਜਿਨ੍ਹਾਂ ਨੇ ਬਿਲੀਅਨ ਟ੍ਰਿਲੀਅਨ ਦੇ ਵਿੱਚ ਇਨਵੈਸਟਮੈਂਟ ਕਰਨੀਆਂ ਨੇ, ਉਹ ਸਟਾਕ ਮਾਰਕੀਟ ਨੂੰ ਹਿਲਾ ਸਕਦੇ ਆ, ਮੈਨੀਪੁਲੇਟ ਕਰ ਸਕਦੇ ਆ, ਪਰ ਉਹ ਫੋਰੈਕਸ ਨੂੰ ਮੈਨੀਪੁਲੇਟ ਨਹੀਂ ਕਰ ਸਕਦੇ, ਕਿਉਂਕਿ ਕਰੰਸੀ ਨੂੰ ਬੁਲਾਉਣਾ ਕਿਸੇ ਦੇ ਬੱਸ ਦੀ ਗੱਲ ਨਹੀਂ ਹੈਗੀ, ਨਾ ਕ੍ਰਿਪਟੋ ਕਰੰਸੀ ਨੂੰ ਕੀਤਾ ਜਾ ਸਕਦਾ ਵਾ, ਫੋਰੈਕਸ ਨੂੰ ਮੈਨੀਪੁਲੇਟ ਕੀਤਾ ਜਾ ਸਕਦਾ। ਹੁਣ ਸੇਮ ਚੀਜ਼ ਹੀ ਆ ਕ੍ਰਿਪਟੋ ਕਰੰਸੀ ਦੇ ਵਿੱਚ ਵੀ ਹੁੰਦੀ ਆ। ਹੁਣ ਇੱਕ ਚੀਜ਼ ਹੋਰ, ਜਿਵੇਂ ਸਟਾਕ ਮਾਰਕੀਟ ਦੇ ਵਿੱਚ ਫੇਕ ਬ੍ਰੇਕਆਊਟ ਬਹੁਤ ਹੁੰਦੇ ਆ, ਬ੍ਰੇਕਆਊਟ ਦਾ ਮਤਲਬ ਹੁੰਦਾ ਪ੍ਰਾਈਸ ਐਕਸ਼ਨ ਨੂੰ ਫੋਲੋ ਕਰਨਾ। ਹੁਣ ਜਿਵੇਂ ਸਟਾਕ ਮਾਰਕੀਟ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਸਪੋਰਟ ਹੁੰਦੀ ਹੈ, ਇੱਕ ਰਜਿਸਟੈਂਸ ਹੁੰਦੀ ਆ। ਥੱਲੇ ਸਪੋਰਟ ਲਾ ਲੈਂਦੇ ਹੁੰਦੇ ਆਪਾਂ ਸਪੋਰਟ, ਉੱਪਰ ਆਪਾਂ ਰਜਿਸਟੈਂਸ ਲਾ ਲੈਂਦੇ ਹੁੰਦੇ ਆ, ਠੀਕ ਹੈ, ਦੋ ਲਾਈਨਾਂ ਆਪਾਂ ਮਾਰਕ ਕਰਦੇ ਹੁੰਦੇ ਆ। ਜਿਵੇਂ ਸਪੋਰਟ ਆ, ਸਪੋਰਟ ਰਜਿਸਟੈਂਸ ਦੇ ਜਿਹੜੇ ਬ੍ਰੇਕਆਊਟ ਆ ਸਟਾਕ ਮਾਰਕੀਟ ਦੇ ਵਿੱਚ ਫੇਕ ਬਹੁਤ ਹੁੰਦੇ ਆ ਅਤੇ ਟ੍ਰੈਪ ਹੁੰਦੇ ਆ, ਜਿਸ ਕਰਕੇ ਟ੍ਰੇਡਰਸ ਦਾ ਲੋਸ ਹੋ ਜਾਂਦਾ, ਬਟ ਫੋਰੈਕਸ ਦੇ ਵਿੱਚ ਇਹ ਉਹਨੂੰ ਬਹੁਤ ਵਧੀਆ ਫੋਲੋ ਕਰਦੇ ਆ ਅਤੇ ਈਜ਼ੀਲੀ। ਇਹਦੇ ਵਿੱਚ ਕੀ ਹੁੰਦਾ ਵੀ ਤੁਸੀਂ ਪੂਰੀ ਪ੍ਰਾਈਜ਼ ਐਕਸ਼ਨ ਦੇ ਉੱਪਰ ਡਿਪੈਂਡ ਕਰਕੇ ਹੀ ਟ੍ਰੇਡਿੰਗ ਕਰ ਸਕਦੇ ਹੋ, ਕਿਉਂਕਿ ਇਹਨੂੰ ਮੈਨੂਪਲੇਸ਼ਨ ਨਹੀਂ ਹੋ ਰਹੀ ਕੋਈ ਅਤੇ ਫੇਕ ਬ੍ਰੇਕਆਊਟਸ ਨਹੀਂ ਹੋ ਰਹੇ, ਇਸ ਤਰ੍ਹਾਂ ਇਹ ਬਹੁਤ ਈਜ਼ੀ ਹੁੰਦੀ ਆ। ਹੁਣ ਆਪਾਂ ਕਿਵੇਂ ਪਤਾ ਲਗਾ ਸਕਦੇ ਹਾਂ ਵੀ ਕਦੋਂ ਸੈੱਲ ਕਰਨਾ ਅਤੇ ਕਦੋਂ ਬਾਏ ਕਰਨਾ, ਕਿਉਂਕਿ ਓਬਵੀਅਸਲੀ ਇੱਥੇ 90% ਗੇਮ ਹੈਗੀ ਆ ਚਾਰਟ ਨੂੰ ਰੀਡ ਕਰਨਾ। ਹਾਂਜੀ ਹਾਂਜੀ, ਹੈ ਨਾ, ਸੋ ਇਹ ਬੰਦੇ ਨੂੰ ਇੱਕ ਤਰ੍ਹਾਂ ਦਾ ਸਹੀ ਤਰ੍ਹਾਂ ਰੀਡ ਕਰਨਾ ਆ ਗਿਆ ਤਾਂ ਸਮਝੋ ਤੁਸੀਂ ਗੇਮ ਸਮਝ ਗਏ। ਹਾਂਜੀ, ਇੱਕ ਹੋਰ ਚੀਜ਼, ਸਭ ਤੋਂ ਮੇਨ ਚੀਜ਼ ਜਿੱਥੇ ਟ੍ਰੇਡਰ ਲੋਸ ਖਾ ਜਾਂਦੇ ਆ, ਆਹ ਜਿਹੜੇ ਚੀਜ਼ ਨੇ ਜਿਹੜੀਆਂ ਕੈਂਡਲਸ ਨੇ ਨਾ, ਇਹਨਾਂ ਦੇ 3 ਤਰ੍ਹਾਂ ਦੇ ਟ੍ਰੈਂਡ ਹੁੰਦੇ ਆ। ਇੱਕ ਅਪ ਟ੍ਰੈਂਡ ਹੁੰਦਾ, ਦੇਖੋ ਹੁਣ ਛੋਟਾ ਜਿੱਥੇ ਅਪ ਟ੍ਰੈਂਡ ਆ ਮਤਲਬ ਅਪ ਗਿਆ, ਇੱਕ ਆ ਡਾਊਨ ਟ੍ਰੈਂਡ ਹੁੰਦਾ ਜਿਵੇਂ ਆ ਡਾਊਨ ਫਾਲ ਆਇਆ। ਓਕੇ, ਠੀਕ ਹੈ ਜੀ। ਇੱਕ ਹੁੰਦਾ ਸਾਈਡਵੇਜ਼, ਸਾਈਡਵੇਜ਼ ਹੁੰਦੀ ਆ ਜਿਵੇਂ ਆਹ ਜ਼ੋਨ ਆ, ਆਹ ਸਾਈਡਵੇਜ਼ ਜ਼ੋਨ ਆ, ਸਾਈਡਵੇਜ਼ ਦੇ ਵਿੱਚ ਆਪਾਂ ਕਦੇ ਵੀ ਟ੍ਰੇਡ ਨਹੀਂ ਲੈਣਾ, ਕਿਉਂਕਿ ਸਾਈਡਵੇਜ਼ ਤੋਂ ਬਾਅਦ ਪਤਾ ਨਹੀਂ ਹੁੰਦਾ। ਹੁਣ ਸਪੋਜ਼ ਕਰ ਲਓ ਆਹ ਵਾਲਾ ਚਾਰਟ ਭੁੱਲ ਜਾਓ, ਇੱਥੋਂ ਸਾਈਡਵੇਜ਼ ਤੋਂ ਰਿਹਾ ਹੁੰਦਾ, ਹੁਣ ਤੁਸੀਂ ਇਹ ਮਾੜਾ ਜਿਹਾ ਅਪ ਦੇਖ ਕੇ ਇੱਥੇ ਬਾਏ ਕਰ ਲਿਆ, ਪਰ ਉਸ ਤੋਂ ਬਾਅਦ ਕਿੰਨਾ ਡਾਊਨ ਚਲੇ ਗਿਆ, ਇੱਥੇ ਤਾਂ ਵੱਡਾ ਲੋਸ ਹੋ ਗਿਆ। ਹਾਂਜੀ, ਠੀਕ ਹੈ। ਇਸ ਤਰ੍ਹਾਂ ਫਿਰ ਇਸ ਜਗ੍ਹਾ ਦੇ ਉੱਪਰ ਸਪੋਰਟ ਰਜਿਸਟੈਂਸ ਆਪਾਂ ਨੂੰ ਪ੍ਰਾਈਜ਼ ਐਕਸ਼ਨ ਪੂਰਾ ਕੰਮ ਦਿੰਦਾ। ਹੁਣ ਤੁਸੀਂ ਮੇਰਾ ਡੋਟਡ ਲਾਈਨ ਦੇਖ ਰਹੇ ਹੋ, ਜੇ ਆਪਾਂ ਇੱਥੇ ਇਹਨੂੰ ਮਾਰਕ ਕਰਦੇ ਤਾਂ ਇੱਥੇ ਜਾ ਕੇ ਟ੍ਰੇਡ ਬਣਨਾ ਸੀਗਾ ਸ਼ਾਰਟ ਸੈਲਿੰਗ ਦਾ, ਇੱਥੇ ਆਪਾਂ ਨੂੰ ਸ਼ਾਰਟ ਸੈੱਲ ਵੀ ਕਰਦੇ ਤਾਂ ਉਸ ਤੋਂ ਬਾਅਦ ਦੇਖ ਲਓ ਕਿੱਡਾ ਵਧੀਆ ਵੱਡਾ ਆਪਾਂ ਪ੍ਰੋਫਿਟ ਕੱਢ ਸਕਦੇ ਸੀਗੇ। ਬਸ ਇਹ ਚੀਜ਼ ਦਾ ਧਿਆਨ ਰੱਖਣਾ ਵੀ ਆਪਾਂ ਸਾਈਡਵੇਜ਼ ਦੇ ਵਿੱਚ ਕਦੇ ਵੀ, ਚਾਹੇ ਸਟਾਕ ਮਾਰਕੀਟ ਆ ਚਾਹੇ ਫੋਰੈਕਸ ਆ, ਕਦੇ ਵੀ ਸਾਈਡਵੇਜ਼ ਦੇ ਵਿੱਚ ਉਹਦੇ 'ਚ ਪੰਗਾ ਨਹੀਂ ਲੈਣਾ। ਹਾਂਜੀ, ਅਤੇ ਆਹ ਜਿਹੜੀ ਥੱਲੇ ਚੀਜ਼ ਆ ਇਹਨੂੰ ਵੋਲਿਊਮ ਕਹਿੰਦੇ ਹੁੰਦੇ ਆ। ਵੋਲਿਊਮ ਇਹਦਾ ਮਤਲਬ ਇਹ ਨਹੀਂ ਹੈਗਾ ਜੇ ਰੈੱਡ ਕਲਰ ਦਾ ਵੀ ਤਾਂ ਸੈਲਿੰਗ ਸ਼ੋਅ ਕਰ ਰਿਹਾ, ਗ੍ਰੀਨ ਕਲਰ ਦਾ ਇੱਥੇ ਬਾਇੰਗ ਸ਼ੋਅ ਕਰ ਰਿਹਾ। ਇਹਦਾ ਮਤਲਬ ਇਹ ਹੁੰਦਾ, ਵੋਲਿਊਮ ਦਾ ਮਤਲਬ ਇਹ ਹੁੰਦਾ, ਇਹ ਇੱਕ ਤਰ੍ਹਾਂ ਦਾ ਇੰਟਰਸਟ ਦਿਖਾਉਂਦਾ ਹੁੰਦਾ ਲੋਕਾਂ ਦਾ ਵੀ ਲੋਕਾਂ ਨੇ ਆਹ ਪ੍ਰਾਈਜ਼ ਦੇ ਉੱਪਰ ਇੰਨੇ ਇੰਨੀ ਜ਼ਿਆਦਾ ਟ੍ਰੇਡ ਹੋਈ ਆ ਆਹ ਚੀਜ਼ ਦੀ। ਓਕੇ, ਜੇ ਸਟਾਕ ਦੇ ਵਿੱਚ ਹੋਵੇ ਤਾਂ ਸਟਾਕ ਦਾ ਦੱਸਦਾ ਹੁੰਦਾ,
ਹੁਣ ਫੋਰਕਸ ਦਾ ਦੱਸਦਾ ਮਤਲਬ ਵੀ ਇੰਨੇ ਜਾ ਆਹ ਹੁਣ ਇੱਥੇ ਨਾਲ ਦੀ ਨਾਲ ਹੀ ਥੱਲੇ ਇੱਥੇ ਚੱਲਦਾ ਹੁੰਦਾ ਵਾ ਪ੍ਰਾਈਸ ਚੱਲਦਾ ਹੁੰਦਾ ਵਾ ਵੀ ਇੱਥੇ ਕਿੰਨੇ ਵੋਲਿਊਮ ਮਤਲਬ ਕਿੰਨਾ ਲੋਕਾਂ ਨੇ ਟ੍ਰੇਡ ਕਰਤਾ ਆਹ ਜਗ੍ਹਾ ਦੇ ਉੱਪਰ ਇਸ ਪ੍ਰਾਈਸ ਦੇ ਉੱਪਰ ਆਹ ਹੁਣ ਇੱਥੇ ਵੋਲਿਊਮ ਘੱਟਦਾ ਗਿਆ ਲੋਕਾਂ ਦਾ ਇੰਟਰਸਟ ਘੱਟਦਾ ਗਿਆ ਠੀਕ ਹੈ ਜੀ ਹੁਣ ਇੱਥੇ ਪੂਰਾ ਘੱਟਦਾ ਗਿਆ ਹੁਣ ਇੱਥੇ ਵੀ ਮਤਲਬ ਥੋੜ੍ਹਾ ਜਿਹਾ ਮਾਹੌਲ ਠੰਡਾ ਪੈ ਗਿਆ ਤਾਂ ਕਰਕੇ ਹੁਣ ਇੱਥੇ ਮਾਰਕੀਟ ਵੀ ਸਾਈਡ ਵੇਜ਼ ਹੋ ਗਈ ਸੋ ਆਹ ਸੀਗੀ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗੀ ਹੋਵੇ ਅਤੇ ਹੋਪ ਕਰਦੇ ਹਾਂ ਕਾਫੀ ਜਾਣਿਆਂ ਨੂੰ ਕੁਛ ਨਵਾਂ ਸਿੱਖਣ ਨੂੰ ਮਿਲਿਆ ਹੋਊਗਾ ਦੇਖ ਕੇ ਜੇ ਟ੍ਰੇਡਿੰਗ 'ਤੇ ਤੁਸੀਂ ਹੋਰ ਵੀਡੀਓ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਜੇ ਟ੍ਰੇਡਿੰਗ ਬਾਰੇ ਕੁਛ ਸਿੱਖਣਾ ਚਾਹੁੰਦੇ ਹੋ ਤਾਂ ਟ੍ਰੇਡਰ ਪੰਜਾਬ ਤੋਂ ਆਈਡੀ ਆ ਬਾਈ ਦੀ ਅਤੇ ਉੱਥੇ ਜਾ ਕੇ ਤੁਸੀਂ ਇਹਨੂੰ ਮੈਸੇਜ ਵੀ ਕਰ ਸਕਦੇ ਹੋ ਬਾਕੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ 'ਤੇ ਸਬਸਕ੍ਰਾਈਬ ਕਰ ਦਿਓ ਅਤੇ ਦੱਸਿਓ ਤੁਹਾਨੂੰ ਅੱਗੇ ਕਿੱਦਾਂ ਦਾ ਕੰਟੈਂਟ ਚਾਹੀਦਾ ਓਕੇ